ਜਰਮਨੀ ਦੁਨੀਆ ਦਾ ਪਹਿਲਾ ਦੇਸ਼ ਹੈ ਜੋ ਕਿ ਇੱਕ ਤਿਹਾਈ ਊਰਜਾ ਸੂਰਜ ਤੇ ਹਵਾ ਤੋਂ ਪੈਦਾ ਕਰਦਾ ਹੈ। ਦੇਖੀਏ ਇਹ ਸੋਲਰ ਫੈਨ ਕਿਸ ਤਰ੍ਹਾਂ ਚੱਲਦਾ ਹੈ। ਇਹ ਇੱਕ ਪਲਾਸਟਿਕ ਦਾ 4 ਬਲੇਡ ਵਾਲਾ ਪ੍ਰੋਪੈਲਰ ਹੈ। ਇਹ ਇੱਕ ਟੋਏ ਮੋਟਰ ਹੈ। ਹੁਣ ਇਸ ਪੱਖੇ ਨੂੰ ਟੋਏ ਮੋਟਰ ਦੇ ਸ਼ੈਫਟ ਨਾਲ ਫਿਕਸ ਕਰ ਦਵੋ। ਮੋਟਰ ਵਿੱਚ 2 ਬਿਜਲੀ ਦੀਆਂ ਤਾਰਾਂ ਨਿਕਲ ਰਹੀਆਂ ਹਨ। ਇਸ ਨੂੰ ਸਟੈਂਡ 'ਤੇ 2 ਸਕਰਿਊ ਨਾਲ ਫਿੱਟ ਕਰ ਦਵੋ। ਪੱਖਾ ਫਰੀਲੀ ਘੁੰਮਣਾ ਚਾਹੀਦਾ ਹੈ। ਇਹ ਇੱਕ ਛੋਟਾ ਸੋਲਰ ਫੈਨ ਹੈ। ਇਸ ਦੇ ਪਿੱਛੇ 2 ਤਾਰਾਂ ਲੱਗੀਆਂ ਹਨ ਜੋ ਕ੍ਰੋਕੋਡਾਇਲ ਕਲਿੱਪ ਦੀ ਮਦਦ ਨਾਲ ਸਕਰਿਊ ਨਾਲ ਜੋੜ ਦਿੰਦੇ ਹਾਂ ਅਤੇ ਇਹ ਅਸੈਂਬਲੀ ਨੂੰ ਸਨਲਾਈਟ ਵਿੱਚ ਰੱਖੋ। ਸੋਲਰ ਪੈਨਲ ਬਿਜਲੀ ਪੈਦਾ ਕਰੇਗਾ ਅਤੇ ਫਿਰ ਮੋਟਰ ਘੁੰਮੇਗੀ ਅਤੇ ਉਸ ਨਾਲ ਪੱਖਾ ਵੀ ਘੁੰਮੇਗਾ। ਜੇ ਤੁਸੀਂ ਸੋਲਰ ਪੈਨਲ ਨੂੰ ਹੱਥ ਨਾਲ ਢੱਕ ਦੇਵੋਗੇ ਤਾਂ ਇਹ ਬਿਜਲੀ ਪੈਦਾ ਨਹੀਂ ਕਰੇਗਾ ਅਤੇ ਸੋਲਰ ਫੈਨ ਵੀ ਰੁਕ ਜਾਵੇਗਾ।